ਸੁੱਖੀ ਦਾ ਪ੍ਰਚਾਰ ਐਸਾ ਥੋੜ੍ਹੀ ਨਾ ਹੁੰਦਾ ਵੇ ਤੁਸੀਂ ਕੁਰਸੀਆਂ ਚੁੱਕ ਜਾਓ ਕੋਈ ਬਜ਼ੁਰਗ ਮੇਰੇ ਵਾਂਗ ਆਵੇ ਕੋਈ ਬੈਠ ਨਹੀਂ ਸਕਦਾ ਖੜਾ ਨਹੀਂ ਹੋਇਆ ਜਾਂਦਾ ਪਿਆ ਸੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਬਹੁਤ ਹੀ ਘੱਟ ਹੈ ਇਹਦੀ ਬਹੁਤ ਨਿੰਦਿਆ ਹੋਣੀ ਚਾਹੀਦੀ ਹੈ ਹੁਣ ਬਜ਼ੁਰਗ ਵਿਚਾਰੇ ਆਉਂਦੇ ਸੀ ਉਹਨੇ ਸ਼ਰਧਾ ਸੀ ਗੁਰਦੁਆਰੇ ਆਉਣ ਦੀ ਪਾਠ ਕੀਰਤਨ ਸੁਣ ਉਹਦਾ ਹੁਣ ਆਉਣਾ ਹਟ ਜਾਣਗੇ ਨਾ ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਗੁਰੂ ਨਾਨਕ ਦੇਵ ਜੀ ਦੀ ਕੀ ਫਲਾਸਫੀ ਸੀਗੀ ਅਗਰ ਉਹ ਉਸ ਫਲਾਸਫੀ ਨੂੰ ਨਹੀਂ ਸਮਝਦੇ ਤੇ ਉਹ ਸਿੱਖੀ ਦਾ ਪ੍ਰਚਾਰ ਹੀ ਨਹੀਂ ਕਰ ਸਕਦੇ ਇਹ ਕੰਮ ਅੱਛਾ ਨਹੀਂ ਉਹਨਾਂ ਨੇ ਕੀਤਾ ਅੰਮ੍ਰਿਤਪਾਲ ਨੇ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਹੋ ਤੇ ਕੱਲ ਸ਼ਾਮ ਜਲੰਧਰ ਦੇ ਮਾਡਲ ਟਾਊਨ ਗੁਰੂ ਘਰ ਦੇ ਵਿੱਚ ਅੰਮ੍ਰਿਤਪਾਲ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਆ ਕੇ ਜਿੰਨੀਆਂ ਵੀ ਕੁਰਸੀਆਂ ਗੁਰੂ ਘਰ ਦੇ ਅੰਦਰ ਲੱਗੀਆਂ ਸਨ ਉਹਨਾਂ ਨੂੰ ਬਾਹਰ ਕੱਢ ਕੇ ਇੱਥੇ ਰੱਖ ਕੇ ਅੱਗ ਲਗਾ ਦਿੱਤੀ ਗਈ ਸੀਗੀ ਤੇ ਤੁਸੀਂ ਦੇਖ ਸਕਦੇ ਹੋ ਕਿ ਹਾਲ ਹੋ ਚੁੱਕਾ ਹੈ ਇਹਨਾਂ ਦਾ ਸੋ ਕਈ ਲੋਕਾਂ ਦਾ ਇਹ ਵੀ ਕਹਿਣਾ ਸੀਗਾ ਕਿ ਇਸ ਤਰ੍ਹਾਂ ਨਾ ਕਰਦੇ ਕਿਸੇ ਗਰੀਬ ਨੂੰ ਜਾਂ ਕਿਸੇ ਲੋੜਵੰਦ ਨੂੰ ਇਹ ਕੁਰਸੀਆਂ ਦੇ ਦਿੰਦੇ ਤਾਂ ਜੋ ਕਿਸੇ ਦੇ ਕੰਮ ਆ ਸਕਣ ਜਾਂ ਕਿਸੇ ਦੇ ਕੰਮ ਆ ਜਾਂਦੀਆਂ ਅਤੇ ਮੌਜੂਦਾ ਜਿਨ੍ਹਾਂ ਲੋਕਾਂ ਨੇ ਇਹ ਨਜ਼ਾਰਾ ਦੇਖਿਆ ਉਹਨਾਂ ਨਾਲ ਵੀ ਗੱਲਬਾਤ ਉਹਨਾਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਸੋ ਦੇਖ ਸਕਦੇ ਹੋ ਕਿ ਕੱਲ੍ਹ ਸ਼ਾਮ ਕਥਾ ਚੱਲ ਰਹੀ ਸੀ ਅਤੇ ਕਥਾ ਤੋਂ ਬਾਅਦ ਕਥਾ ਚੱਲਦੀ ਚੱਲਦੀ ਅਤੇ ਅੰਮ੍ਰਿਤਪਾਲ ਅਤੇ ਉਹਨਾਂ ਦੇ ਸਾਥੀ ਆਏ ਅਤੇ ਉਹਨਾਂ ਨੇ ਬਿਨਾਂ ਕਿਸੇ ਤੋਂ ਪਰਮਿਸ਼ਨ ਲਏ ਅਤੇ ਬਿਨਾਂ ਕਿਸੇ ਨੂੰ ਵਾਰਨਿੰਗ ਦਿੱਤੇ ਇਹ ਜਿਹੜਾ ਕੰਮ ਕੀਤਾ ਉੱਥੋਂ ਕੁਰਸੀਆਂ ਪੱਟੀਆਂ ਅਤੇ ਇੱਥੇ ਰੱਖ ਦਿੱਤੀਆਂ ਤੁਹਾਨੂੰ ਅੰਦਰ ਲੈ ਕੇ ਚੱਲਦੇ ਹਾਂ ਜਿੱਥੇ ਕੱਲ੍ਹ ਚੱਲਦੇ ਕੀਰਤਨ ਦੇ ਵਿੱਚ ਚੱਲਦੀ ਕਥਾ ਦੇ ਵਿੱਚ ਭਾਈ ਅੰਮ੍ਰਿਤਪਾਲ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਜਿੰਨੀਆਂ ਵੀ ਇੱਥੇ ਕੁਰਸੀਆਂ ਲੱਗੀਆਂ ਸਨ ਉਹ ਬਾਹਰ ਕੱਢ ਦਿੱਤੀਆਂ ਗਈਆਂ ਅਤੇ ਬਾਹਰ ਜਾ ਕੇ ਅੱਗ ਲਗਾ ਦਿੱਤੀ ਗਈ ਹਾਲਾਂਕਿ ਉਹਨਾਂ ਨੇ ਪਹਿਲਾਂ ਵੀ ਵਾਰਨਿੰਗ ਦਿੱਤੀ ਸੀਗੀ ਕਿ ਜਿਸ ਜਿਸ ਗੁਰੂ ਘਰ ਦੇ ਵਿੱਚ ਇਹ ਚੀਜ਼ ਹੈਗੀ ਆ ਉਹਨਾਂ ਨੂੰ ਆਪੇ ਕੱਢ ਕੇ ਬਾਹਰ ਰੱਖ ਦਿੱਤਾ ਜਾਵੇ ਅਤੇ ਅੰਦਰ ਲੈ ਕੇ ਚੱਲਦੇ ਹਾਂ ਅਤੇ ਤੁਹਾਨੂੰ ਉਹ ਜਗ੍ਹਾ ਦਿਖਾਉਂਦੇ ਹਾਂ ਜਿੱਥੇ ਇਹ ਕੁਰਸੀਆਂ ਲੱਗੀਆਂ ਸਨ ਲੋਕਾਂ ਦਾ ਇਹ ਵੀ ਕਹਿਣਾ ਕਿ ਜਿਹੜੀਆਂ ਕੁਰਸੀਆਂ ਸਨ ਇਹ ਗੁਰੂ ਦੀ ਜੋ ਗੁਰੂ ਸਾਹਿਬ ਜਿੱਥੇ ਪ੍ਰਕਾਸ਼ ਹੋਇਆ ਆ ਉਸ ਤੋਂ ਬਹੁਤ ਨੀਵੀਆਂ ਸਨ ਅੰਦਰ ਲੈ ਕੇ ਚੱਲਦੇ ਹਾਂ ਅਤੇ ਤੁਹਾਨੂੰ ਉਹ ਜਗ੍ਹਾ ਦਿਖਾਉਂਦੇ ਹਾਂ ਜਿੱਥੇ ਕਿ ਕੁਰਸੀਆਂ ਲੱਗੀਆਂ ਸਨ ਸੋ ਇਹ ਗੁਰੂ ਘਰ ਦਾ ਅੰਦਰਲਾ ਨਜ਼ਾਰਾ ਆ ਗੁਰਦੁਆਰਾ ਮਾਡਲ ਟਾਊਨ ਦੇ ਵਿਖੇ ਸੋ ਬਿਲਕੁਲ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਜਿੱਥੇ ਇਹ ਕੁਰਸੀਆਂ ਲੱਗੀਆਂ ਸਨ ਇੱਕ ਸਾਈਡ 'ਤੇ ਬਿਲਕੁਲ ਖਾਲੀ ਹੈ ਅਤੇ ਜੇ ਦੂਸਰੀ ਸਾਈਡ ਦੀ ਗੱਲ ਕਰੀਏ ਤਾਂ ਦੂਸਰੀ ਸਾਈਡ 'ਤੇ ਇਸ ਜਗ੍ਹਾ 'ਤੇ ਕੁਰਸੀਆਂ ਰੱਖੀਆਂ ਗਈਆਂ ਸਨ ਸੋ ਇਹ ਉਹ ਜਗ੍ਹਾ ਆ ਜਿੱਥੇ ਕਿ ਕੁਰਸੀਆਂ ਲੱਗੀਆਂ ਸਨ ਜੋ ਕੱਲ੍ਹ ਅੰਮ੍ਰਿਤਪਾਲ ਅਤੇ ਉਹਨਾਂ ਦੇ ਸਾਥੀਆਂ ਨੇ ਚੱਕ ਕੇ ਬਾਹਰ ਕੱਢ ਦਿੱਤੀਆਂ ਅਤੇ ਉਹਨਾਂ ਦੀਆਂ ਸੀਟਾਂ ਪਾੜ ਕੇ ਉਸ ਤੋਂ ਬਾਅਦ ਬਿਲਕੁਲ ਬਾਹਰ ਇਸ ਦੇ ਬਿਲਕੁਲ ਗੁਰਦੁਆਰਾ ਦੇ ਸਾਹਮਣੇ ਅੱਗ ਲਗਾ ਦਿੱਤੀ ਗਈ ਸੋ ਕਈ ਲੋਕ ਇਸ ਚੀਜ਼ ਦਾ ਵਿਰੋਧ ਵੀ ਕਰ ਰਹੇ ਸਨ ਕਿ ਉਹਨਾਂ ਵੱਲੋਂ ਵੀ ਬੇਅਦਬੀ ਕੀਤੀ ਗਈ ਹੈ ਇਸ ਚੀਜ਼ ਦੀ ਕਿ ਚੱਲਦੀ ਕਥਾ ਦੇ ਵਿੱਚ ਗੁਰਬਾਣੀ ਦੀ ਤੁਸੀਂ ਬੇਅਦਬੀ ਕੀਤੀ ਹੈ ਚੱਲਦੀ ਕਥਾ ਦੇ ਵਿੱਚ ਇਸ ਤਰ੍ਹਾਂ ਨਹੀਂ ਕਹਿਣਾ ਚਾਹੀਦਾ ਸੀਗਾ ਨਹੀਂ ਕਰਨਾ ਚਾਹੀਦਾ ਸੀਗਾ ਕਿ ਲੋਕਾਂ ਨੂੰ ਪਹਿਲਾਂ ਦੱਸ ਦਿੱਤਾ ਜਾਂਦਾ ਜਾਂ ਕਹਿ ਜਾਂ ਉਹਨਾਂ ਨੂੰ ਪਿਆਰ ਦੇ ਨਾਲ ਉਠਾ ਦਿੰਦੇ ਉਸ ਤੋਂ ਬਾਅਦ ਇਹ ਕੰਮ ਕਰਦੇ ਪਰ ਇੱਕਦਮ ਆਏ ਅਤੇ ਇੱਕਦਮ ਆ ਕੇ ਉਹਨਾਂ ਵੱਲੋਂ ਜਿਹੜਾ ਇਹ ਕੰਮ ਕੀਤਾ ਗਿਆ ਸੋ ਜਗ੍ਹਾ ਤੁਸੀਂ ਦੇਖ ਸਕਦੇ ਹਾਂ ਕਿ ਜਗ੍ਹਾ ਜਿਹੜੀ ਗੁਰੂ ਸਾਹਿਬ ਦੇ ਜੋ ਪ੍ਰਕਾਸ਼ ਹੋਇਆ ਹੈ ਗੁਰੂ ਸਾਹਿਬ ਦਾ ਉਸ ਤੋਂ ਬਹੁਤ ਹੀ ਇਹ ਜਗ੍ਹਾ ਨੀਵੀਂ ਹੈ ਨੀਵੀਂ ਜਗ੍ਹਾ ਦੇ ਵਿੱਚ ਕੁਰਸੀਆਂ ਰੱਖੀਆਂ ਗਈਆਂ ਸਨ ਸੋ ਕਈ ਲੋਕਾਂ ਦਾ ਜਿਹੜੇ ਭਾਈ ਅੰਮ੍ਰਿਤਪਾਲ ਦੇ ਨਾਲ ਸੀਗੇ ਉਹਨਾਂ ਨੇ ਵੀ ਇਹੀ ਕਿਹਾ ਸੀ ਕਿ ਤੁਸੀਂ ਇਸ ਨੂੰ ਪੈਲਸ ਦੀ ਤਰ੍ਹਾਂ ਬਣਾਇਆ ਹੋਇਆ ਹੈ ਪੈਲਸ ਦੀ ਤਰ੍ਹਾਂ ਤੁਸੀਂ ਇੱਥੇ ਕੁਰਸੀਆਂ ਰੱਖੀਆਂ ਸਨ ਜੀ ਮੈਮ ਬੜਾ ਮੰਦਭਾਗਾ ਹੋਇਆ ਵੇ ਇਹ ਹੋਣਾ ਨਹੀਂ ਚਾਹੀਦਾ ਸੀ ਤੁਸੀਂ ਸੁੱਖੀ ਦਾ ਪ੍ਰਚਾਰ ਐਸਾ ਥੋੜ੍ਹੀ ਨਾ ਹੁੰਦਾ ਵੇ ਤੁਸੀਂ ਕੁਰਸੀਆਂ ਚੁੱਕ ਜਾਓ ਕੋਈ ਬਜ਼ੁਰਗ ਮੇਰੇ ਵਾਂਗ ਆਵੇ ਕੋਈ ਬੈਠ ਨਹੀਂ ਸਕਦਾ ਖੜਾ ਨਹੀਂ ਹੋਇਆ ਜਾਂਦਾ ਪਿਆ ਸੀ ਬਹੁਤ ਮੁਸ਼ਕਲ ਖਲੋਤੇ ਰਹੇ ਆ ਅੰਦਰ ਲਾਵਾਂ ਵੇਖੀਆਂ ਨੇ ਬੜੀ ਮੁਸ਼ਕਲ ਬੈਠੀਆਂ ਨੇ ਕਿ ਹੁਣ ਬਾਹਰ ਆਈਆਂ ਤਾਂ ਕੁਰਸੀ ਮਿਲੀ ਅਤੇ ਮੈਂ ਬੈਠੀ ਹਾਂ ਇਹ ਕੰਮ ਅੱਛਾ ਨਹੀਂ ਉਹਨਾਂ ਨੇ ਕੀਤਾ ਅੰਮ੍ਰਿਤਪਾਲ ਨੇ ਉਹਨਾਂ ਦਾ ਇਹ ਕਹਿਣਾ ਕਿ ਬੇਅਦਬੀ ਹੁੰਦੀ ਹੈ ਗੁਰੂ ਸਾਹਿਬ ਦੇ ਬਰਾਬਰ ਕੋਈ ਬਹਿ ਨਹੀਂ ਸਕਦਾ ਹਾਂ ਬੜੀ ਨੀਵੀਆਂ ਕੁਰਸੀਆਂ ਨੇ ਦਰਬਾਰ ਸਾਹਿਬ ਬੜਾ ਉੱਚਾ ਔਰ ਨੀਵੀਆਂ ਕੁਰਸੀਆਂ ਕੀਤੀਆਂ ਹੋਈਆਂ ਨੇ ਉਹਨਾਂ ਨੇ ਤਾਂ ਵੀ ਉਹਨਾਂ ਨੇ ਚੁੱਕ ਦਿੱਤੀਆਂ ਨੇ ਉੱਥੋਂ ਜੀ ਗਲਤ ਗੱਲ ਹੈ ਨਾ ਜੀ ਇਹ ਵੀ ਪਤਾ ਲੱਗਾ ਕਿ ਕੱਲ੍ਹ ਕਥਾ ਹੋ ਰਹੀ ਸੀਗੀ ਕੀਰਤਨ ਹੋ ਰਿਹਾ ਸੀਗਾ ਅਤੇ ਉਹਦੇ ਵਿੱਚ ਹੀ ਆ ਕੇ ਉਹਨਾਂ ਨੇ ਇਹ ਕੰਮ ਹਾਂ ਗਲਤ ਗੱਲ ਹੈ ਕੋਈ ਪਾਠ ਹੋ ਰਿਹਾ ਕੋਈ ਕੁਛ ਹੋ ਰਿਹਾ ਸਾਰੇ ਆਪਣੇ ਧਿਆਨ ਵਿੱਚ ਸਨ ਅਤੇ ਤੁਸੀਂ ਆ ਕੇ ਕੁਝ ਕਰ ਲਿਆ ਅੱਛਾ ਨਹੀਂ ਲੱਗਦਾ ਜੀ ਜੀ ਤੇ ਹੁਣ ਤੁਹਾਨੂੰ ਮੁਸ਼ਕਲ ਆ ਰਹੀ ਹੈ ਇੱਥੇ ਮੁਸ਼ਕਲ ਆ ਰਹੀ ਹੈ ਮੈਂ ਤਾਂ ਅੰਦਰ ਖਲੋਤੀ ਰਹੀ ਹਾਂ ਅੰਕਲ ਮੇਰੇ ਕੋਲ ਕੋਈ ਜਗ੍ਹਾ ਹੀ ਨਹੀਂ ਬੈਠਣ ਦੀ ਜਗ੍ਹਾ ਹੀ ਕੋਈ ਨਹੀਂ ਸੀ ਬਿਲਕੁਲ ਹੀ ਬੜੀ ਮੁਸ਼ਕਲ ਬੈਠੇ ਹਾਂ ਸਟਿੱਕ ਪਕੜ ਕੇ ਖਲੋਤੀ ਰਹੀ ਹਾਂ ਥੋੜ੍ਹੀ ਦੇਰ ਜੀ ਜੀ ਅੱਗੇ ਹੋਰ ਬਜ਼ੁਰਗ ਮੌਜੂਦ ਰਹੇ ਗੱਲਬਾਤ ਕਰਦੇ ਹਾਂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਰ ਕੱਲ੍ਹ ਸ਼ਾਮ ਨੂੰ ਆ ਕੇ ਅੰਮ੍ਰਿਤਪਾਲ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਇੱਥੇ ਜਿੰਨੀਆਂ ਵੀ ਕੁਰਸੀਆਂ ਸਨ ਮਾਡਲ ਟਾਊਨ ਗੁਰਦੁਆਰਾ ਸਾਹਿਬ ਦੇ ਵਿੱਚ ਬਾਹਰ ਕੱਢ ਦਿੱਤੀਆਂ ਗਈਆਂ ਉੱਥੇ ਉਹਨਾਂ ਨੂੰ ਅੱਗ ਲਾ ਦਿੱਤੀ ਗਈ, ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ ਇਹ ਜਿਹੜੀ ਚੀਜ਼ ਘਟਨਾ ਹੋਈ ਹੈ ਬਹੁਤ ਮਨ ਭਾਗੀ ਹੈ ਔਰ ਇਹਦੀ ਜਿੰਨੀ ਵੀ ਨਿੰਦਿਆ ਕੀਤੀ ਜਾਵੇ ਬਹੁਤ ਹੀ ਘੱਟ ਹੈ, ਇਹਦੀ ਬਹੁਤ ਨਿੰਦਿਆ ਹੋਣੀ ਚਾਹੀਦੀ ਹੈ। ਨੰਬਰ ਇੱਕ। ਨੰਬਰ ਦੋ, ਅੰਮ੍ਰਿਤਪਾਲ ਅਗਰ ਆ ਕੇ ਉਹਨੂੰ ਕੋਈ ਇਤਰਾਜ਼ ਸੀਗਾ ਤਾਂ ਉਹਨੂੰ ਚਾਹੀਦਾ ਸੀ ਮੈਨੇਜਿੰਗ ਕਮੇਟੀ ਦੇ ਨਾਲ ਬੈਠਦਾ, ਪ੍ਰੈਜੀਡੈਂਟ ਦੇ ਨਾਲ ਬੈਠ ਕੇ ਮੀਟਿੰਗ ਕਰਦੇ, ਉਹ ਵਿਚਾਰ ਰੱਖਦੇ ਵੀ ਇੱਥੇ ਸੰਗਤ ਲਈ ਅਸੀਂ ਰੱਖੀਆਂ ਨੇ, ਕਿਉਂ ਰੱਖੀਆਂ ਨੇ? ਕਿਉਂਕਿ ਜਿਹੜੇ ਆਉਂਦੇ ਨੇ ਸੀਨੀਅਰ ਸਿਟੀਜ਼ਨ ਆਉਂਦੇ ਨੇ, ਬਜ਼ੁਰਗ ਆਉਂਦੇ ਨੇ ਕਿ ਜਿਨ੍ਹਾਂ ਦੇ ਗੋਡੇ ਨਹੀਂ ਚੱਲਦੇ, ਕੁਛ ਨਹੀਂ ਹੁੰਦਾ, ਕਈ ਆਣ ਕੇ ਉਹਨਾਂ ਦੇ ਪੇਰੈਂਟਸ ਇੱਥੇ ਛੱਡ ਕੇ ਜਾਂਦੇ ਨੇ ਵੀ ਤੁਸੀਂ ਆਨੰਦ ਮਾਣੋ, ਗੁਰਬਾਣੀ ਦਾ ਸ਼ਬਦ ਕੀਰਤਨ ਸੁਣੋ, ਉਹ ਇਸ ਵਾਸਤੇ ਆਉਂਦੇ ਨੇ। ਅਤੇ ਜੇਕਰ ਅਗਰ ਇਹੋ ਜਿਹੀ ਲੁੜਬਾਜੀ ਹੋਏਗੀ, ਕੁਰਸੀਆਂ ਨਹੀਂ ਹੋਣਗੀਆਂ, ਬੈਠਣ ਲਈ ਬਜ਼ੁਰਗਾਂ ਲਈ ਜਗ੍ਹਾ ਨਹੀਂ ਹੋਏਗੀ, ਉਹ ਕੋਈ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਥੋੜ੍ਹਾ ਕੁਰਸੀਆਂ ਲਾਈਆਂ ਨੇ, ਉਹ ਬਾਹਰ ਮੈਦਾਨ ਦੇ ਵਿੱਚ। ਪਰ ਅੰਮ੍ਰਿਤਪਾਲ ਸਾਹਿਬ ਦਾ ਇਹ ਕਹਿਣਾ ਆ, ਭਾਈ ਜੀ ਦਾ ਇਹ ਕਹਿਣਾ ਹੈ ਕਿ ਬਰਾਬਰ ਕੁਰਸੀਆਂ ਹੁੰਦੀਆਂ ਨੇ, ਬਰਾਬਰ ਬੈਂਚ ਹੁੰਦੇ ਨੇ, ਬੇਅਦਬੀ ਹੁੰਦੀ ਹੈ ਇਸ ਤਰ੍ਹਾਂ? ਅਗਰ ਜਿੱਥੇ ਮਹਾਰਾਜ ਦੀ ਸਵਾਰੀ ਹੋਵੇ ਅਗਰ ਉਸ ਜਗ੍ਹਾ ਦੇ ਵਿੱਚ ਲੱਗੀਆਂ ਹੋਣ ਕੁਰਸੀਆਂ, ਫਿਰ ਤਾਂ ਬੇਅਦਬੀ ਅਸੀਂ ਮੰਨਦੇ ਹਾਂ। ਲੇਕਿਨ ਇਹ ਉਸ ਹਾਲ ਤੋਂ ਬਾਹਰ ਜਿਹੜੀ ਓਪਨ ਜਗ੍ਹਾ ਹੈਗੀ ਉਹਦੇ ਵਿੱਚ, ਉੱਥੇ ਤੁਸੀਂ ਵੈਸੇ ਵੀ ਬੈਠ ਸਕਦੇ ਹੋ, ਤੁਸੀਂ ਖਲੋ ਵੀ ਸਕਦੇ ਹੋ, ਤੁਸੀਂ ਕੱਲ੍ਹ ਨੂੰ ਕਹੋ ਕਿ ਸਗਨ ਖਲੋਤੀ ਕਿਉਂ ਜੀ ਬੈਠੋ, ਕੋਈ ਐਸੇ ਤਰੀਕਾ ਥੋੜ੍ਹਾ ਹੈਗਾ? ਇਹ ਤਾਂ ਗਲਤ ਹੈ ਉਹਨਾਂ ਦਾ ਵਿਚਾਰ। ਸਮਝੋ, ਪਰ ਇਹ ਵੀ ਆਈ ਹੈ ਕਿ ਉਸ ਵੇਲੇ ਕੀਰਤਨ ਵਗੈਰਾ ਕਥਾ ਵਗੈਰਾ ਹੋ ਰਹੀ ਸੀਗੀ ਅਤੇ ਉਸੇ ਵਿੱਚ ਆ ਕੇ ਇਹਨਾਂ ਨੇ ਬੇਅਦਬੀ ਕੀਤੀ ਉਸ ਚੀਜ਼ ਦੀ। ਦੇਖੋ ਇਹ ਜੋ ਉਹਨਾਂ ਨੇ ਮਨ ਭਾਗਾ ਗਲਤ ਕੀਤਾ ਨਾ, ਉਹਨਾਂ ਦਾ ਖਮਿਆਜ਼ਾ ਉਹਨਾਂ ਨੂੰ ਕੁਦਰਤ ਵਾਹਿਗੁਰੂ ਦਿਆਗਾ। ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਗੁਰੂ ਨਾਨਕ ਦੇਵ ਜੀ ਦੀ ਕੀ ਫਿਲਾਸਫੀ ਸੀਗੀ। ਅਗਰ ਉਹ ਉਸ ਫਿਲਾਸਫੀ ਨੂੰ ਨਹੀਂ ਸਮਝਦੇ ਤਾਂ ਉਹ ਸਿੱਖੀ ਦਾ ਪ੍ਰਚਾਰ ਹੀ ਨਹੀਂ ਕਰ ਸਕਦੇ। ਜੋ ਗੁਰੂ ਨਾਨਕ ਦੇਵ ਜੀ ਨੇ ਸਾਂਝੀਵਾਲ ਦਾ ਸਾਰਾ ਕੀਤਾ ਸੀਗਾ, ਹਰ ਮਜ਼ਹਬ ਲਈ ਉਹਨਾਂ ਨੇ ਇੱਕ ਕਿਹਾ ਸੀਗਾ, ਗੁਰੂ ਨਾਨਕ ਇੱਕ ਕੇ, ਵਾਹਿਗੁਰੂ ਇੱਕ ਕੇ, ਪਰਮਾਤਮਾ ਇੱਕ ਕੇ, ਜਿੰਨੀ ਮਰਜ਼ੀ ਤੁਸੀਂ ਆਰਾਧਨਾ ਕਰੋ ਕੋਈ ਫਰਕ ਨਹੀਂ ਹੈਗਾ। ਅਗਰ ਰਾਮ ਸ਼ਾਮ ਗੁਰੂ ਨਾਨਕ ਹੈ, ਵਾਹਿਗੁਰੂ ਹੈ, ਗੁਰੂ ਗੋਬਿੰਦ ਸਿੰਘ ਹੈ, ਕੋਈ ਵੀ ਹੈ, ਤਾਂ ਤੁਸੀਂ ਉਹਨਾਂ ਦੀ ਆਰਾਧਨਾ ਕਰੋ ਜਿਹਨੂੰ ਤੁਸੀਂ ਮੰਨਦੇ ਹੋ, ਇਹਦੇ 'ਚ ਕੋਈ ਫਰਕ ਨਹੀਂ ਪੈਂਦਾ। ਉਹਨਾਂ ਨੇ ਇਹ ਸੰਦੇਸ਼ ਦਿੱਤਾ ਸੀ, ਅਗਰ ਉਸ ਸੰਦੇਸ਼ ਨੂੰ ਇਹ ਨਹੀਂ ਮੰਨਦੇ ਤਾਂ ਉਹ ਸਿੱਖ ਦਾ ਪ੍ਰਚਾਰ ਹੀ ਨਹੀਂ ਕਰ ਸਕਦੇ ਜੀ। ਅਤੇ ਨਾਲ ਦੀ ਨਾਲ ਇਹ ਵੀ ਕਈਆਂ ਲੋਕਾਂ ਦਾ ਕਹਿਣਾ ਆ ਕਿ ਜਿਹੜਾ ਭਾਈ ਅੰਮ੍ਰਿਤਪਾਲ ਆ ਉਹ ਸਿੱਖਾਂ ਜਿਹੜੇ ਨੌਜਵਾਨ ਆ ਉਹਨਾਂ ਨੂੰ ਨਸ਼ਿਆਂ ਤੋਂ ਹਟਾ ਰਿਹਾ, ਨਸ਼ਿਆਂ ਵੱਲੋਂ ਹਟਾ ਰਿਹਾ ਅਤੇ ਇੱਕ ਚੰਗੇ ਪਾਸੇ ਲਾ ਰਿਹਾ ਆ। ਜੇ ਚੰਗੇ ਪਾਸੇ ਲਾ ਰਿਹਾ ਤਾਂ ਫਿਰ ਭੈੜੇ ਪਾਸੇ ਆਉਣ ਦਾ ਕੀ ਲੋੜ ਹੈ ਉਹਨੂੰ? ਹੁਣ ਕੀ ਲੋੜ ਹੈ ਇੱਥੇ ਆਣ ਕੇ ਕੁਰਸੀਆਂ ਤੋੜਨ ਦੀ, ਕੀ ਸਾਫ ਤੰਗ ਕਰਨ ਦੀ? ਜੇ ਚੰਗੇ ਕੰਮ ਕਰ ਰਿਹਾ ਤਾਂ ਉਹਦੀ ਪ੍ਰੇਰਨਾ ਹੋਏਗੀ, ਉਹਦੀ ਸਾਰੇ ਲੋਕ ਉਹਦਾ ਸ਼ਾਬਾਸ਼ ਕਹਿਣਗੇ। ਜਦੋਂ ਭੈੜੇ ਕੰਮ ਕਰੇਗਾ ਤਾਂ ਨੈਚੁਰਲੀ ਨਿੰਦਿਆ ਹੋਏਗੀ ਉਹਦੀ। ਉਹਨਾਂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਜਿੰਨੇ ਵੀ ਗੁਰੂ ਘਰ ਨੇ ਉਹਨਾਂ ਵਿੱਚੋਂ ਸਾਰਿਆਂ ਵਿੱਚੋਂ ਕੁਰਸੀ ਬੈਂਚ ਚੱਕ ਦਿੱਤੇ ਜਾਣ, ਜੇ ਨਹੀਂ ਚੱਕੇ ਗਏ ਤਾਂ ਸਾਡੇ ਵੱਲੋਂ ਕਾਰਵਾਈ ਹੋਏਗੀ, ਅਸੀਂ ਆ ਕੇ ਤੋੜਾਂਗੇ, ਭੰਨਾਂਗੇ। ਦੇਖੋ ਇਹ ਐਡਮਿਨਿਸਟ੍ਰੇਟਰ ਦਾ ਕੰਮ ਹੈ, ਐਡਮਿਨਿਸਟ੍ਰੇਸ਼ਨ ਦਾ ਕੰਮ ਹੈ। ਡਿਪਟੀ ਕਮਿਸ਼ਨਰ ਕਾਹਦੇ ਵਾਸਤੇ ਬੈਠਾ ਹੈ? ਡਿਪਟੀ ਆਪਣਾ ਪੁਲਿਸ ਦਾ ਜਿਹੜਾ ਹੈ ਕਮਿਸ਼ਨ, ਉਹ ਕਾਹਦੇ ਵਾਸਤੇ ਬੈਠਾ ਹੈ? ਉਹ ਕੰਟਰੋਲ ਕਰੇ ਇਹਨਾਂ ਚੀਜ਼ਾਂ ਨੂੰ, ਸਮਝੇ ਕਿ ਨਹੀਂ? ਅਗਰ ਕੋਈ ਕਹਿ ਕੇ ਅਸੀਂ ਐਸ ਹੋਲਡਰਬਾਜ਼ੀ ਕਰਾਂਗੇ ਉਹਨਾਂ, ਮਤਲਬ ਉਹਨਾਂ ਨੂੰ ਚੈਲੇਂਜ ਕਰ ਰਹੇ ਨੇ, ਐਡਮਿਨਿਸਟ੍ਰੇਸ਼ਨ ਨੂੰ ਚੈਲੇਂਜ ਕਰ ਰਹੇ ਹੋ, ਪਬਲਿਕ ਨੂੰ ਨਹੀਂ ਚੈਲੇਂਜ ਕਰ ਰਿਹਾ, ਉਹ ਐਡਮਿਨਿਸਟ੍ਰੇਸ਼ਨ ਨੂੰ ਚੈਲੇਂਜ ਕਰ ਰਿਹਾ। ਇਹਦਾ ਮਤਲਬ ਐਡਮਿਨਿਸਟ੍ਰੇਸ਼ਨ ਜਿਹੜੀ ਉਹ ਵੀਕ ਹੈ, ਉਹਨਾਂ ਨੂੰ ਕੋਈ ਨਾ ਕੋਈ ਐਸਾ ਇਹਦਾ ਹੱਲ ਲੱਭਣਾ ਚਾਹੀਦਾ, ਉਹਨਾਂ ਨੂੰ ਬੁਲਾ ਕੇ ਗੱਲਬਾਤ ਕਰਨੀ ਚਾਹੀਦੀ, ਬੈਠ ਕੇ ਕੋਈ ਨਾ ਕੋਈ ਨਿਰਣਾ ਲੈਣਾ ਚਾਹੀਦਾ। ਅੱਜ ਤੁਸੀਂ ਇੱਥੇ ਆਨੰਦ ਕਾਰਜ ਵੇਲੇ ਇੱਥੇ ਆਇਓ, ਵਿਆਹ 'ਤੇ ਆਇਓ, ਤੁਹਾਨੂੰ ਕਿੰਨੀ ਕੁ ਦਿੱਕਤ ਆਈ ਇੱਥੇ ਬੈਠਣ ਨੂੰ? ਮੈਂ ਤਾਂ 3 ਵਾਰੀ ਬਾਹਰ ਉੱਠ ਕੇ ਆਇਆ ਵਾਂ, ਮੈਂ ਕਿਉਂ ਬੈਠਿਆ ਨਹੀਂ ਗਿਆ? ਮੈਂ ਧੁੱਪ ਦੇ ਵਿੱਚ ਫਿਰ ਆਣ ਕੇ ਖਲੋਤਾ ਰਿਹਾ ਵਾਂ ਇੱਥੇ, ਫਿਰ 2-3 ਵਾਰੀ ਗਿਆ ਵਾਂ, 3 ਵਾਰੀ ਆਇਆ ਵਾਂ। ਸਾਡੇ ਨਾਲ ਇੱਥੇ ਇੱਕ ਹੋਰ ਬਜ਼ੁਰਗ ਮੌਜੂਦ ਹੈ, ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਕੱਲ੍ਹ ਜਿਸ ਤਰ੍ਹਾਂ ਭਾਈ ਅੰਮ੍ਰਿਤਪਾਲ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਇਸ ਗੁਰੂ ਘਰ ਦੇ ਵਿੱਚੋਂ ਜਿੰਨੀਆਂ ਵੀ ਕੁਰਸੀਆਂ ਸੀ ਇਹ ਚੱਕ ਕੇ ਬਾਹਰ ਰੱਖ ਦਿੱਤੀਆਂ ਅਤੇ ਅੱਗ ਲਾ ਦਿੱਤੀ, ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ ਜੀ, ਮੈਨੂੰ ਤਾਂ ਸੁਭਾਗਾ ਸਮਾਂ ਹੈ ਕਿ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਮਾਡਲ ਟਾਊਨ ਗੁਰਦੁਆਰੇ ਦਾ ਦਰਸ਼ਨ ਕਰਨ ਦਾ ਪ੍ਰਾਪਤ ਹੋਇਆ ਅਤੇ ਹੋਰ ਵੀ ਕਾਫੀ ਇੰਟਰਵਿਊ 2-3 ਹੋਈਆਂ। ਲੇਕਿਨ ਮੈਂ ਉਹਨਾਂ ਨੂੰ ਵੀ ਇਹ ਦੱਸਿਆ ਸੀਗਾ ਵੀ ਜਾਂ ਤਾਂ ਕੁਰਸੀਆਂ ਤੋਂ ਜਿੱਦਾਂ ਸੰਗਤ ਬੈਠੀ ਸੀ ਨਾ, ਸੰਗਤ ਦੇ ਵਿੱਚ ਉਠਾਲ ਦਿੱਤੀ ਗਈ ਆ, ਜਾਂ ਪ੍ਰਬੰਧਕ ਨੂੰ ਪਹਿਲੇ ਵਾਰਨਿੰਗ ਦਿੱਤੀ ਜਾਵੇ, ਸੂਚਿਤ ਕੀਤਾ ਜਾਵੇ, ਜਾਂ ਸੰਗਤਾਂ ਦੇ ਨਾਲ ਪਹਿਲੇ ਜਿਹੜੇ ਪ੍ਰਬੰਧਕ ਹੈ ਉਹਨਾਂ ਦੇ ਨਾਲ ਵਿਚਾਰ ਕੀਤੀ ਜਾਵੇ, ਵਿਚਾਰ ਕਰਕੇ ਅਤੇ ਫਿਰ ਕੁਰਸੀਆਂ ਉਠਾਈ ਜਾਣ। ਅਤੇ ਅੱਗੇ ਮੈਂ ਇੰਟਰਵਿਊ 'ਚ ਕਿਹਾ ਆ ਜਾਂ ਕੁਰਸੀਆਂ ਜਿਹੜੀਆਂ ਹੈਗੀਆਂ ਆ ਬਾਹਰ ਲਾ ਦਿੱਤੀਆਂ ਜਾਣ। ਪਰ ਕਈਆਂ ਲੋਕਾਂ ਨੇ ਇਹ ਵੀ ਕਹਿਣਾ ਕਿ ਜਿਹੜੀਆਂ ਕੁਰਸੀਆਂ ਸਨ ਉਹ ਥੋੜ੍ਹਾ ਗੁਰੂ ਸਾਹਿਬ ਦੀ ਹਜ਼ੂਰੀ ਤੋਂ ਨੀਵੀਆਂ ਸਨ ਅਤੇ ਜੀ ਜੀ ਹਾਂ। ਲੇਕਿਨ ਭਾਈ ਸਾਹਿਬ ਦਾ ਹੁਣ ਕਹਿਣਾ ਆ, ਬਾਕੀ ਇੱਦਾਂ ਹੁੰਦਾ ਨਾ, ਇੱਕ ਪਾਸੇ ਗੁਰੂ ਸੱਚੇ ਪਾਤਸ਼ਾਹ ਮਾਰਾ ਪ੍ਰਕਾਸ਼ ਆ
ਤੇ ਉਹਦੇ ਉੱਤੇ ਨਾਲ ਫਿਰ ਬਰਾਬਰ ਕਈਆਂ ਨੂੰ ਸੋਭਦਾ ਕਈਆਂ ਨੂੰ ਨਹੀਂ ਸੋਭਦਾ ਕਈਆਂ ਤੋਂ ਹੁਣ ਜਿਹਨਾਂ ਬਜ਼ੁਰਗ ਆਦਮੀ ਆ ਬਜ਼ੁਰਗ ਬੀਬੀਆਂ ਆ ਉਹ ਹੁਣ ਬਹਿਣਾ ਉਹਨਾਂ ਨੂੰ ਮੁਸ਼ਕਲ ਤਾਂ ਹੈ ਲੇਕਿਨ ਜਾਂ ਹੋਵੇ ਪ੍ਰਬੰਧਕ ਦੇ ਨਾਲ ਸਲਾਹ ਕਰਕੇ ਕੁਰਸੀਆਂ ਬਾਹਰ ਲੱਤ ਦੀਆਂ ਜਾਣ ਬਾਹਰ। ਤੁਹਾਨੂੰ ਕੀ ਲੱਗਦਾ ਭਾਈ ਸਾਹਿਬ ਨੇ ਠੀਕ ਕੀਤਾ ਜਾਂ ਗਲਤ ਕੀਤਾ? ਬਈ ਇਹਦੇ ਬਾਰੇ ਤਾਂ ਹੁਣ ਭਾਈ ਸਾਹਿਬ ਨੂੰ ਪਤਾ ਇਹਦੇ ਬਾਰੇ ਕੀ ਕਰਦੇ ਆ ਖਾਲਸਾ ਭਵੀਰ ਜਿਹੜੀ ਚੱਲੀ ਹੋਈ ਆ ਉਹ ਕੁਛ ਹੋ ਸਕਦਾ ਉਹਨਾਂ ਦੇ ਕੀ ਵਿਚਾਰ ਆ ਇਹਦੇ ਬਾਰੇ ਪ੍ਰਬੰਧਕ ਹੀ ਜਾਣ ਸਕਦੇ ਆ ਜਾਂ ਇਹਨਾਂ ਨੂੰ ਪਹਿਲੇ ਦੱਸਿਆ ਜਾਂ ਨਹੀਂ ਦੱਸਿਆ ਜਾਂ ਅਜਾਣ ਖਤੋੜੀ ਆ ਇਹਨਾਂ ਨੂੰ ਕਿਹਾ ਇਹਨਾਂ ਨੂੰ ਪਤਾ ਹੋਊਗਾ ਸਰ। ਪਰ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਪਹਿਲਾਂ ਵਾਰਨਿੰਗ ਦੇਣੀ ਚਾਹੀਦੀ ਸੀ ਜਾਂ ਕਹਿਣਾ ਚਾਹੀਦਾ ਸੀਗਾ ਪਰ ਭਾਈ ਸਾਹਿਬ ਨੇ ਦੋ ਚਾਰ ਦਿਨ ਪਹਿਲਾਂ ਹੀ ਕਹਿ ਦਿੱਤਾ ਸੀਗਾ ਵੀ ਜਿਸ ਗੁਰੂ ਘਰ ਦੇ ਵਿੱਚ ਕੁਰਸੀਆਂ ਜਾਂ ਟੇਬਲ ਲੱਗੇ ਉਹ ਆਪੇ ਚੱਕ ਕੇ ਬਾਹਰ ਕੱਢ ਦਿਓ ਜੇ ਅਸੀਂ ਆ ਗਏ ਅਸੀਂ ਉਸ ਨੂੰ ਭੰਨ ਤੋੜ ਦੇਵਾਂਗੇ। ਹਾਂ ਅਤੇ ਫਿਰ ਉਹਨਾਂ ਠੀਕ ਕੀਤਾ ਸੀ ਉਹਨਾਂ ਠੀਕ ਕੀਤਾ ਸੀਗਾ ਜੇ ਉਹਨਾਂ ਨੇ ਪਹਿਲੇ ਦੱਸਿਆ ਆ ਹੁਣ ਵੀ ਦੱਸ ਰਹੇ ਆ ਅਤੇ ਫਿਰ ਉਹ ਜਾਂ ਉਹ ਦੱਸ ਦੇਣ ਅਸੀਂ ਚੱਕ ਲਾਂਗੇ ਜਾਂ ਉਹਨਾਂ ਵਿਚਾਰ ਕਰ ਲੈਣ ਪ੍ਰਬੰਧਕ ਦੇ ਨਾਲ ਜਾਂ ਸੰਗਤ ਆ ਜਿਹੜੇ ਪ੍ਰਬੰਧਕ ਸਾਹਿਬਾਨ ਆ ਪ੍ਰਧਾਨ ਆ ਉਹ ਕਹਿੰਦੇ ਸੰਗਤ ਦੀ ਮਾਫ਼ੀ ਚਾਹੁੰਦੇ ਹਾਂ ਅਤੇ ਅਸੀਂ ਮੈਂ ਮਜਬੂਰ ਹਾਂ ਅਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਾਰ ਦਾ ਵੱਡਾ ਸਤਿਕਾਰ ਕੋਈ ਵੀ ਹੈ ਨੀਗਾ ਠੀਕ ਹੈ ਅਤੇ ਇਸ ਕਰਕੇ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦੇ ਕਹਿੰਦੇ ਨਾ ਜਿਸ ਤਰ੍ਹਾਂ ਨੀਚ ਕੋਈ ਨਾ ਜਾਣੇ ਨਾਮ ਜਪਤ ਚੌਂ ਕੁੰਟ ਮਾਣੇ ਤੋ ਦੇਖੋ ਜੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਸ੍ਰਿਸ਼ਟੀ ਦੇ ਮਾਲਕ ਦੁਨੀਆਂ ਦੇ ਮਾਲਕ ਆ ਅਤੇ ਉਹਨਾਂ ਦੀ ਬਰਾਬਰਤਾ ਕਰਨੀ ਜਿਹੜੀ ਚੰਗੀ ਨਹੀਂ ਹੈਗੀ ਲੇਕਿਨ ਆਪਣੇ ਆਪ ਹੀ ਅਸੀਂ ਥੋੜ੍ਹਾ ਜਿਹਾ ਵਿਚਾਰ ਕੇ ਚੱਲੀਏ ਅਤੇ ਸਾਰਾ ਫਿਰ ਪ੍ਰਬੰਧਕ ਵੱਲੋਂ ਕਿਸੇ ਤਰ੍ਹਾਂ ਦਾ ਮੁਸ਼ਕਿਲ ਆਉਣ ਦਾ ਕਰਨਾ ਦਾ ਜਾਣੀ ਸਮਾਂ ਪ੍ਰਾਪਤ ਹੋਵੇ ਅਤੇ ਪ੍ਰਬੰਧਾਂ ਦੇ ਨਾਲ ਫਿਰ ਕਿਸੇ ਤਰ੍ਹਾਂ ਦਾ ਲੜਾਈ ਝਗੜਾ ਨਾ ਹੋਵੇ ਜਿਹੜੀ ਸੰਗਤ ਵੀ ਹੈਗੀ ਆ ਉਹ ਥੋੜ੍ਹੀ ਇਸ ਤਰ੍ਹਾਂ ਨੂੰ ਸੰਕੋਚ ਕਰਨ ਗੁਰੂ ਮਹਾਰਾਜ ਦੇ ਆ ਕੇ ਬਾਹਰ ਬਹਿ ਜਾਣ ਜਾਂ ਕੁਰਸੀ ਬਾਹਰ ਲੈ ਲੈਣਾ ਇਹ ਤਾਂ ਹੋ ਸਕਦਾ ਨਾ ਅੰਦਰ ਨਹੀਂ ਬਹਿ ਸਕਦੇ ਬਾਹਰ ਬਹਿ ਜਾਣ ਜਾਂ ਪ੍ਰਬੰਧ ਉਹ ਕਹਿਣ ਸਪੀਕਰ ਬਾਹਰ ਲੈ ਦਿਓ ਬਾਹਰ ਗੁਰਬਾਣੀ ਸੁਣ ਲੈਣ ਨਮਸਕਾਰ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਰਕੇ ਬਾਹਰ ਬਹਿ ਸਕਦੇ ਆ ਲੇਕਿਨ ਜਿਹੜਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਬਰਾਬਰ ਗਤੀ ਲਾਉਣੀ ਇਹ ਤੁਸੀਂ ਆਪ ਜਾਣਦੇ ਠੀਕ ਨਹੀਂ ਆ। ਜਿਹੜਾ ਜੋ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਜਾਂ ਜਿੱਥੇ ਵੀ ਧਾਰਮਿਕ ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਵੇ ਜਾਂ ਕਥਾ ਚੱਲਦੀ ਹੋਵੇ ਕੀਰਤਨ ਚੱਲਦਾ ਹੋਵੇ ਸਾਨੂੰ ਗੁਰੂ ਸਾਹਿਬ ਦੀ ਜੋ ਮਰਿਆਦਾ ਹੈ ਜੋ ਉਹਨੂੰ ਅਸੀਂ ਸਾਨੂੰ ਕਾਇਮ ਰੱਖਣਾ ਚਾਹੀਦਾ। ਜਿੰਨੇ ਵੀ ਸਾਡੇ ਸਿੱਖ ਕੌਮ ਦੇ ਆਗੂ ਹੈਗੇ ਆ ਉਹਨਾਂ ਵਿੱਚ ਭਾਵੇਂ ਸਤਿਕਾਰਯੋਗ ਅੰਮ੍ਰਿਤਪਾਲ ਸਿੰਘ ਜੀ ਹੋਣ ਭਾਵੇਂ ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਹੋਣ ਉਹਨਾਂ ਨੂੰ ਜੋ ਵੀ ਸੰਦੇਸ਼ ਆ ਅਕਾਲ ਤਖਤ ਸਾਹਿਬ ਤੋਂ ਉਹ ਜਾਰੀ ਕਰਨਾ ਚਾਹੀਦਾ। ਉਹ ਸੰਦੇਸ਼ ਨੂੰ ਸੁਣ ਕੇ ਜਿੰਨੇ ਵੀ ਸਾਡੀਆਂ ਸਭਾਵਾਂ ਹੈਗੀਆਂ ਗੁਰਦੁਆਰਾ ਦੀ ਸਾਹਿਬ ਦੀਆਂ ਕਮੇਟੀਆਂ ਹੈਗੀਆਂ ਪੰਜਾਬ ਦੇ ਜਾਂ ਵਿਦੇਸ਼ਾਂ ਵਿੱਚ ਉਸ ਸੰਦੇਸ਼ ਦੇ ਉੱਤੇ ਅਮਲ ਕਰਨਾ ਚਾਹੀਦਾ ਮੇਰੀ ਤਾਂ ਇਹ ਬੇਨਤੀ ਹੈ ਜੀ। ਪਰ ਕੱਲ੍ਹ ਇਹ ਵੀ ਪਤਾ ਲੱਗਾ ਕਿ ਉਸ ਵੇਲੇ ਕਥਾ ਕੀਰਤਨ ਚੱਲ ਰਿਹਾ ਸੀਗਾ ਅਤੇ ਉਹਨਾਂ ਨੇ ਜਿੰਨੇ ਵੀ ਬਜ਼ੁਰਗ ਬੈਠੇ ਸੀ ਉੱਥੋਂ ਉਠਾ ਦਿੱਤੇ ਅਤੇ ਉਸ ਤੋਂ ਬਾਅਦ ਜਿੰਨੀਆਂ ਵੀ ਕੁਰਸੀਆਂ ਸੀਗੀਆਂ ਬਾਹਰ ਰੱਖ ਦਿੱਤੀਆਂ ਗਈਆਂ ਜੋ ਇੱਥੇ ਅਸੀਂ ਬਜ਼ੁਰਗਾਂ ਦੇ ਨਾਲ ਗੱਲਬਾਤ ਵੀ ਕੀਤੀ ਇਸ ਚੀਜ਼ ਦਾ ਵਿਰੋਧ ਕਰ ਰਹੇ ਹਾਂ ਕਿ ਸਾਡੇ ਕੋਲ ਬੈਠਣ ਦਾ ਇੱਕ ਬਜ਼ੁਰਗ ਨੇ ਇਹ ਵੀ ਕਿਹਾ ਕਿ ਮੈਂ 3 ਵਾਰੀ ਬਾਹਰ ਆਇਆ ਉੱਠ ਕੇ ਜਿਹੜਾ ਨਾ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ ਉਹਦੀ ਮੈਂ ਜਿਹੜੀ ਆ ਮੈਨੂੰ ਵੀ ਜਦੋਂ ਪਤਾ ਲੱਗਾ ਨਹੀਂ ਸੀ ਹੋਣਾ ਚਾਹੀਦਾ ਔਰ ਜਿਹੜੀ ਇਹ ਮਰਿਆਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਆ ਉਹ ਭੰਗ ਹੁੰਦੀ ਆ ਉਹਦੇ ਵਿੱਚ ਸਾਡਾ ਸਿੱਖ ਕੌਮ ਦਾ ਜਿਹੜਾ ਦੁਨੀਆ ਦੇ ਉੱਤੇ ਸਤਿਕਾਰ ਆ ਉਹ ਘਟਦਾ ਵਾ ਜੇ ਅਸੀਂ ਵਾਰ ਵਾਰ ਇਸ ਤਰ੍ਹਾਂ ਦੇ ਸਾਡੇ ਦੀਵਾਨ ਲੱਗੇ ਦੇ ਵਿੱਚ ਕੋਈ ਇੱਦਾਂ ਦੀਆਂ ਘਟਨਾਵਾਂ ਹੁੰਦੀਆਂ ਤਾਂ ਉਹਦਾ ਸਾਡਾ ਸਿੱਖ ਕੌਮ ਦਾ ਜਿਹੜਾ ਉਹ ਬਹੁਤ ਨਾਂ ਨੂੰ ਸੱਟ ਵੱਜਦੀ ਆ ਔਰ ਜਿੱਥੇ ਸ਼ਬਦ ਗੁਰੂ ਮਹਾਰਾਜ ਦਾ ਪ੍ਰਕਾਸ਼ ਆ ਉਹ ਵੀ ਇੱਕ ਬਹੁਤ ਉਹਨਾਂ ਦੀ ਪਰੰਪਰਾ ਨੂੰ ਜਿਹੜੀ ਨੁਕਸਾਨ ਹੁੰਦਾ ਉਹ ਨਹੀਂ ਹੋਣਾ ਚਾਹੀਦਾ ਇਹ ਮੇਰੀ ਬੇਨਤੀ ਹੈ ਜੀ। ਅਤੇ ਬਹੁਤ ਲੋਕਾਂ ਵੱਲੋਂ ਇਸ ਚੀਜ਼ ਦਾ ਸਮਰਥਨ ਕੀਤਾ ਜਾ ਰਿਹਾ ਕਿ ਭਾਈ ਅੰਮ੍ਰਿਤਪਾਲ ਜੀ ਨੌਜਵਾਨਾਂ ਨੂੰ ਨਸ਼ੇ ਛੁਡਾ ਰਹੇ ਆ ਅਤੇ ਬਹੁਤ ਲੋਕ ਇਹ ਕਹਿ ਰਹੇ ਆ ਕਿ ਉਹ ਤੱਤਾ ਬੋਲਦਾ ਆ ਅਤੇ ਲੋਕਾਂ ਨੂੰ ਭੜਕਾ ਰਿਹਾ ਨੌਜਵਾਨਾਂ ਨੂੰ ਭੜਕਾ ਰਿਹਾ ਕਿਵੇਂ ਦੇਖਦੇ ਇਸ ਚੀਜ਼ ਨੂੰ? ਨਹੀਂ ਜਿਹੜਾ ਦੇਖੋ ਜਿੱਥੋਂ ਤੱਕ ਨਸ਼ਿਆਂ ਦੀ ਗੱਲ ਆ ਉਹ ਇੱਕ ਬਹੁਤ ਅਸਾਰੂ ਕਦਮ ਆ ਨਸ਼ੇ ਕੌਮ ਨੂੰ ਕੋਈ ਵੀ ਕੌਮ ਹੋਵੇ ਸਿੱਖ ਹੋਣ ਹਿੰਦੂ ਹੋਣ ਈਸਾਈ ਹੋਣ ਨਸ਼ੇ ਬਹੁਤ ਮਾੜੀ ਚੀਜ਼ ਆ ਨਸ਼ੇ ਸਾਡੇ ਸਿੱਖ ਕੌਮ ਦੇ ਵਿੱਚ ਅੱਜ ਕੱਲ੍ਹ ਬਹੁਤ ਜ਼ਿਆਦਾ ਘਰ ਕਰ ਚੁੱਕੇ ਆ ਉਹ ਉਹਨਾਂ ਦਾ ਇੱਕ ਬੜਾ ਵੱਡਾ ਸਟੈਪ ਆ ਨਸ਼ਿਆਂ 'ਤੇ ਜਿਹੜੀ ਆ ਉਹ ਸਰਕਾਰ ਨੂੰ ਵੀ ਪਾਬੰਦੀ ਲਾਉਣੀ ਚਾਹੀਦੀ ਆ ਜਿੰਨਾ ਚਿਰ ਸਰਕਾਰ ਜਾਂ ਸਾਡੀ ਜੋ ਐਡਮਿਨਿਸਟ੍ਰੇਟਰ ਆ ਉਹਨੂੰ ਚੰਗੀ ਤਰ੍ਹਾਂ ਲਾਗੂ ਨਹੀਂ ਕਰਦੇ ਨਸ਼ੇ ਉਹਨਾਂ ਚਿਰ ਬੰਦ ਨਹੀਂ ਹੋ ਸਕਦੇ ਉਹ ਉਹਨਾਂ ਦਾ ਬਹੁਤ ਵੱਡਾ ਕਦਮ ਆ। ਆਹ ਜਿਹੜਾ ਉਹਨਾਂ ਨੇ ਕੱਲ੍ਹ ਇੱਕ ਕਥਾ ਚੱਲਦੀ ਦੇ ਵਿੱਚ ਕੀਰਤਨ ਚੱਲਦੇ ਦੇ ਵਿੱਚ ਜੋ ਕੀਤਾ ਉਹ ਥੋੜ੍ਹਾ ਜਿਹਾ ਠੀਕ ਨਹੀਂ ਲੱਗਿਆ ਉਹ ਸਾਰੀ ਸੰਗਤ ਮਹਿਸੂਸ ਕੀਤਾ ਕਿ ਜਿਹੜਾ ਵੀ ਕੰਮ ਪਿਆਰ ਦੇ ਨਾਲ ਹੱਥ ਜੋੜ ਕੇ ਮਿਹਨਤੀ ਕਰਕੇ ਹੋ ਸਕਦਾ ਉਹਨੂੰ ਧੱਕੇ ਨਾਲ ਨਹੀਂ ਕਰਨਾ ਚਾਹੀਦਾ ਜੀ। ਕੀ ਨਾਮ ਜੀ ਤੁਹਾਡਾ? ਮੋਹਨ ਸਿੰਘ ਨਾਮ ਜੀ। ਕੱਲ੍ਹ ਕਿੰਨੇ ਕੁ ਵਜੇ ਅੰਮ੍ਰਿਤਪਾਲ ਅਤੇ ਉਹਨਾਂ ਦੇ ਸਾਥੀ ਆਏ ਜਿਹਨਾਂ? ਸਵਾ 8:30 ਗੱਲ ਆ 8:30 ਵਜੇ ਜੀ। ਉਹ ਇਹ ਕੁਰਸੀਆਂ ਕਰਸੀਆਂ ਚੱਕ ਕੇ ਇੱਥੇ ਰੱਖਤੀਆਂ ਗੁਰਦੁਆਰਾ ਸਾਹਿਬ ਵਾਲੇ ਤਾਂ ਪਤਾ ਹੀ ਜਿਹਨਾਂ ਦੇ ਗੋਡੇ ਨਹੀਂ ਚੱਲਦੇ ਮੋਟੇ ਹੈ ਬਜ਼ੁਰਗ ਔਰਤਾਂ ਬਜ਼ੁਰਗ ਬੰਦੇ ਆ ਉਹ ਆ ਕੇ ਇਹਨਾਂ ਦੇ ਬਹਿ ਕੇ ਜਿਹਨਾਂ ਦੀ ਸ਼ਰਧਾ ਗੁਰਦੁਆਰੇ ਆਉਣ ਦੀ ਉਹ ਆ ਕੇ ਬੈਠ ਕੇ
ਮਤਲਬ ਇਹਨਾਂ ਨੇ ਗੱਡੀ ਰੱਖੀ ਹੋਈ ਹੈ ਸਪੈਸ਼ਲ, ਉਹਨਾਂ ਨੂੰ ਘਰਾਂ 'ਚ ਲੈ ਕੇ ਆਉਂਦੇ ਆ, ਫਿਰ ਘਰਾਂ ਨੂੰ ਛੱਡ ਕੇ ਆਉਂਦੇ ਆ ਬਜ਼ੁਰਗਾਂ ਨੂੰ। ਅਤੇ ਜਿਹੜਾ ਵੀ ਦੇਖਦਾ ਕਹਿੰਦੇ ਮਾੜਾ ਹੀ ਹੋਇਆ ਇਹ, ਉਹਨਾਂ ਨੂੰ ਕਹਿ ਦਿੰਦੇ ਭਾਈ ਇਹ ਚੱਕ ਲਓ, ਚੱਕ ਲੈਂਦੇ ਯਾਰ, ਮਾੜਾ ਹੀ ਹੋਇਆ ਨਾ ਜਿਹੜਾ ਹੋਇਆ ਜੀ। ਪਰ ਭਾਈ ਅੰਮ੍ਰਿਤਪਾਲ ਦਾ ਵੀ ਕਹਿਣਾ, ਉਹਨਾਂ ਨੇ 3-4 ਦਿਨ ਪਹਿਲਾਂ ਕਹਿਤਾ ਸੀਗਾ ਕਿ ਜਿਸ ਪਿੰਡ ਦੇ ਵਿੱਚ ਜਾਂ ਜਿਸ ਸ਼ਹਿਰ ਦੇ ਵਿੱਚ ਜਿੰਨੇ ਵੀ ਗੁਰੂ ਘਰ ਨੇ, ਜੇ ਉੱਥੇ ਬੈਂਚ ਅਤੇ ਕੁਰਸੀਆਂ ਲੱਗੀਆਂ ਉਹਨਾਂ ਨੂੰ ਕੱਢ ਕੇ ਬਾਹਰ ਰੱਖ ਦਿਉ, ਜੇ ਅਸੀਂ ਆ ਗਏ ਤਾਂ ਅਸੀਂ ਕੱਢ ਕੇ ਰੱਖਾਂਗੇ ਅਤੇ ਅੱਗ ਲਾ ਦੇਵਾਂਗੇ। ਨਹੀਂ ਇਹਦੇ ਬਾਰੇ ਨਹੀਂ ਮੈਨੂੰ ਪਤਾ, ਪਰ ਹੁਣ ਬਜ਼ੁਰਗ ਵਿਚਾਰੇ ਆਉਂਦੇ ਸੀ, ਉਹਨਾਂ ਸ਼ਰਧਾ ਸੀ ਗੁਰਦੁਆਰੇ ਆਉਣ ਦੀ, ਪਾਠ ਕੀਰਤਨ ਸੁਣ, ਉਹ ਤਾਂ ਹੁਣ ਆਉਣਾ ਹਟ ਜਾਣਗੇ ਨਾ, ਜਿਹਨੇ ਸ਼ਰਧਾ ਸੀ ਘਰੇ ਨਹੀਂ ਕਰ ਸਕਦੇ ਇੱਥੇ ਆ ਕੇ। ਚਲੋ ਜੀ, ਅਤੇ ਸਾਰਾ ਨਜ਼ਾਰਾ ਤੁਸੀਂ ਆਪਣੀ ਅੱਖੀਂ ਦੇਖਿਆ ਕੱਲ੍ਹ ਇੱਥੇ? ਹਾਂ, ਇੱਥੇ ਸਭ ਕੁਝ ਅੱਖੀਂ ਦੇਖਿਆ, ਸਭ ਕੁਛ ਕੀ ਹੋਇਆ ਕੀ ਨਹੀਂ ਹੋਇਆ। ਅਸੀਂ ਤਾਂ ਬੱਸ ਸਾਈਡ 'ਤੇ ਹੋ ਗਏ, ਵੀ ਤੁਹਾਨੂੰ ਪਤਾ ਨਹੀਂ ਹੁੰਦਾ ਮਜ਼ਹੂਮ ਦਾ ਵੀ ਕੀ ਕਰਨਾ ਕੀ ਨਹੀਂ ਕਰਨਾ। ਪਹਿਲਾਂ ਗੱਦੀਆਂ ਵੀ ਆ ਕੇ ਪਾੜੀਆਂ ਉਹਨਾਂ ਨੇ ਜਾਂ ਕਿਸ ਤਰ੍ਹਾਂ? ਪਹਿਲਾਂ ਗੱਦੀਆਂ ਪਾੜੀਆਂ ਤੁਹਾਡੇ ਸਾਹਮਣੇ ਹੀ ਆ, ਗੱਦੀਆਂ ਪਾੜੀਆਂ, ਬਾਅਦ 'ਚ ਅੱਗ ਲਾਉਂਦੀ। ਅਤੇ ਇੱਥੇ ਕੋਈ ਹੋਰ ਨੁਕਸਾਨ ਤਾਂ ਨਹੀਂ ਹੋਇਆ ਅੱਗ ਲਾਉਣ ਦੇ ਨਾਲ? ਨਹੀਂ, ਹੋਰ ਕੋਈ ਨੁਕਸਾਨ ਨਹੀਂ ਗਾ, ਖਿੜਕੇ ਖੁੜਕੇ ਸੜੇ ਆ ਉਹਦੇ, ਆਹ ਦਰਖਤ ਸੀ ਸਾਡਾ ਬੜੀ ਮੁਸ਼ਕਿਲ ਨਾਲ ਲਾਇਆ ਸੀਗਾ, ਇਹ ਵੀ ਸੜ ਸੁੜ ਗਿਆ। ਖਿੜਕੀ ਵਾਲਿਆਂ ਨੂੰ ਪੈਸੇ ਦੇ ਗਏ ਆ, ਉਹ ਜਿਹਨਾਂ ਨੁਕਸਾਨ ਆ ਉਹਨੂੰ ਪੈਸੇ ਦੇ ਗਏ ਆ, ਉਹ ਭਰਪਾਈ ਕਰਕੇ ਉਹ ਭਰਪਾਈ ਕਰਕੇ ਗਏ ਨੇ ਜੀ। ਪਰ ਆਪ ਜਿਹੜਾ ਹੋਇਆ ਮਾੜਾ ਹੀ ਹੋਇਆ ਤਾਂ ਜੀ, ਗੁਰਦੁਆਰੇ ਬੇਦਬੀ ਵਾਲਾ ਕੰਮ ਹੀ ਹੈ ਵੀ। ਬਿਲਕੁਲ ਬਿਲਕੁਲ, ਇਹ ਵੀ ਪਤਾ ਲੱਗਾ ਕਿ ਅੰਦਰ ਕਥਾ ਚੱਲ ਰਹੀ ਸੀ, ਕੀਰਤਨ ਚੱਲ ਰਿਹਾ ਸੀਗਾ, ਅਤੇ ਉਸ ਦੇ ਵਿੱਚ ਆਏ ਅਤੇ ਉਸ ਤੋਂ ਬਾਅਦ ਹੀ ਉਹਨਾਂ ਨੂੰ ਕੋਈ ਵਾਰਨਿੰਗ ਨਹੀਂ ਦਿੱਤੀ ਕਿ ਉੱਠ ਜਾਓ, ਉਹਨਾਂ ਨੂੰ ਆ ਕੇ ਉਠਾਇਆ ਅਤੇ ਉਸ ਤੋਂ ਬਾਅਦ ਇਹ ਕੰਮ ਕਰ ਦਿੱਤਾ। ਚਲੋ ਹੁਣ ਜੋ ਪਰਮਾਤਮਾ ਹੀ ਕਰੂਗਾ, ਵਾਹਿਗੁਰੂ ਕਰੂਗਾ ਜੋ ਕਰੂਗਾ ਜੀ, ਠੀਕ ਹੈ ਨਾ। ਬੰਦੇ ਨੇ ਤਾਂ ਜੋ ਕਰਨਾ ਕਰ ਲਿਆ, ਬਾਕੀ ਵਾਹਿਗੁਰੂ ਦੇ ਹੱਥ ਹੀ ਆ।